ਇਹ ਕਾਰਡਾਂ ਨੂੰ ਤਿਰੰਗਾ ਕਾਰਡ ਦਾ ਨਾਂ ਦਿੱਤਾ ਜਾਵੇਗਾ ਅਤੇ ਇਸ ਦੇ ਨਾਲ ਹੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਫੋਟੋ ਵੀ ਹੁਣ ਨੀਲੇ ਕਾਰਡ ਤੋਂ ਗਾਇਬ ਹੋ ਜਾਏਗੀ ਜਾਣਕਾਰੀ ਦਿੰਦੇ ਆ ਪੰਜਾਬ ਦੇ ਫੂਡ ਸਪਲਾਈ ਮੰਤਰੀ ਭਾਰਤ ਪੁਸ਼ਨ ਆਸ਼ੂਰਨ ਦੱਸਿਆ ਕਿ ਇਹ ਨੀਲੇ ਕਾਰਡ ਰੱਦ ਨਹੀਂ ਕੀਤੇ ਜਾ ਰਹੇ ਸਗੋਂ ਉਹਨਾਂ ਦੇ ਲਾਪਾਤਰੀਆਂ ਦੀ ਪੜਤਾਲ ਕੀਤੀ ਜਾ ਰਹੀ ਹੈ ਤਾਂ ਜੋ ਅਸਲ ਲੋੜਵੰਦ ਲੋਕਾਂ ਤੱਕ ਇਹ ਸਰਕਾਰ ਦੀ ਸਕੀਮ ਪਹੁੰਚਾਈ ਜਾ ਸਕੇ ਹਨ ਕਿਹਾ ਕਿ ਪੰਜਾਬ ਸਰਕਾਰ ਨੀਲੇ ਕਾਰਡਾਂ ਨੂੰ ਹੋਰ ਅਪਗ੍ਰੇਡ ਕਰਕੇ 스마트 ਕਾਰਡ ਬਣਾਉਣ ਜਾ ਰਹੀ ਹੈ ਜਿਸ ਦੇ ਵਿੱਚ ਲਾਪਾਤਰੀ ਹੋਰ ਵੀ ਸਕੀਮਾਂ ਦਾ ਫਾਇਦਾ ਲੈ ਸਕਣਗੇ ਆਸ਼ੂ ਨੇ ਕਿਹਾ ਕਿ ਪੰਜਾਬ ਸਰਕਾਰ ਚੋਣ ਮੈਨੀਫੈਸਟੋ ਦੇ ਵਿੱਚ ਕੀਤਾ ਹਰ ਵਾਦਾ ਪੂਰਾ ਕਰੇਗੀ ਅਤੇ ਗਰੀਬਾਂ ਨੂੰ ਆਟਾ ਦਾਲ ਦੇ ਨਾਲ ਹੋਰ ਕਈ ਸੁਵਿਧਾਵਾਂ ਵੀ ਦੇਈ ਇਹ ਕੁਝ ਰਿਵਾਈਜ਼ ਨਹੀਂ ਕੀਤੇ ਜਾਣੇ ਥੋੜੀ ਮਿਸਕਨਸੈਪਸ਼ਨ ਹੈ ਜਿਹੜੀ ਚਿੱਠੀ ਜਾਰੀ ਹੋਈ ਹੈ ਉਹ ਤੁਸੀਂ ਧਿਆਨ ਨਾਲ ਪੜੋ ਇੱਕ ਤਾਂ ਜਿਹੜੇ ਬਲੂ ਕਾਰਡ ਹੈ ਉਹ ਸਮਾਰਟ ਕਾਰਡ ਬਣਨ ਜਾ ਰਹੇ ਹੈ ਬੈਨੀਫਿਸ਼ੀਰੀ ਸੇਮ ਹੀ ਰਹਿਣੇ ਹੈ ਯਾ ਜਿਹੜੇ ਬੋਗਸ ਹੈ ਉਹ ਨਿਕਲਣਗੇ ਉਹ ਟਾਈਮ ਟੂ ਟਾਈਮ ਇਹ ਸਾਡਾ ਕੰਟੀਨਿਊਸ ਪ੍ਰੋਸੈਸ ਰਹਿੰਦਾ ਹੈ ਆ ਚੈੱਕ ਕਰਦੇ ਰਹਿੰਦੇ ਆ ਕੋਈ ਗਲਤ ਬੰਦਾ ਇਸ ਸਕੀਮ ਦਾ ਫਾਇਦਾ ਨਾ ਲੈ ਜਾਏ ਇਹ ਸਕੀਮ ਦਾ ਫਾਇਦਾ ਜਿਹੜੇ ਸਹੀ ਲਾਭਪਾਤਰੀ ਹੈ ਜਿਨ੍ਹਾਂ ਨੂੰ ਜ਼ਰੂਰਤਮੰਦ ਹੈ ਉਹਨਾਂ ਤਾਈਂ ਜ਼ਰੂਰ ਪਹੁੰਚੇ ਸੋ ਪ੍ਰੋਸੈਸ ਚੱਲਦੀ ਪਈ ਹੈ ਵੈਰੀਫਿਕੇਸ਼ਨ ਚੱਲਦੀ ਪਈ ਹੈ ਸਮਾਰਟ ਕਾਰਡ ਸਾਰੇ ਬਣਨੇ ਆ ਤਿਰੰਗੇ ਕਾਰਡ ਬਣਨਗੇ ਬਲੂ ਕਾਰਡ ਖਤਮ